ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੁਲਿਸ ਕਾਂਸਟੇਬਲ ਦੀ ਜੋ ਵੀ ਬੱਚੇ ਤਿਆਰੀ ਕਰ ਰਹੇ ਆ ਉਹਨਾਂ ਲਈ ਅੱਜ ਦੀ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਵੀਡੀਓ ਹੈ ਇਸ ਵੀਡੀਓ ਵਿੱਚ ਮੈਂ ਪੰਜਾਬ ਪੁਲਿਸ ਨਾਲ ਜੁੜੇ ਹੋਏ ਕੁਐਸਚਨ ਤੁਹਾਨੂੰ ਕਰਵਾਉਂਗਾ ਜੋ ਕਿ ਤੁਹਾਨੂੰ ਪੇਪਰ ਵਿੱਚ ਵੀ ਦੇਖਣ ਨੂੰ ਮਿਲਣਗੇ ਤੇ ਜੇ ਤੁਸੀਂ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਕੁਐਸਚਨ ਤੁਹਾਨੂੰ ਸਾਰੇ ਆਉਣੇ ਚਾਹੀਦੇ ਆ ਕਿਉਂਕਿ ਜਿਸ ਪੋਸਟ ਲਈ ਤੁਸੀਂ ਜਾ ਰਹੇ ਹੋ ਉਸ ਪੋਸਟ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤੇ ਇਹਨਾਂ ਵਿੱਚੋਂ ਕੁਐਸਚਨ ਵੀ ਤੁਹਾਨੂੰ ਪੇਪਰ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲਣਗੇ ਕੁਝ ਕੁਐਸਚਨ ਕਰੰਟ ਅਫੇਅਰ ਦੇ ਵੀ ਬਣਦੇ ਆ ਜੋ ਮੈਂ ਨਵੇਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਐਡ ਕਰਵਾਏ ਆ ਠੀਕ ਹੈ ਪਹਿਲਾਂ ਵੀ ਮੈਂ ਕੁਐਸਚਨ ਕਰਵਾਏ ਹੋਏ ਆ ਪਰ ਇੱਕ ਵਾਰੀ ਫੇਰ ਤੁਹਾਡੀ ਰਿਵੀਜ਼ਨ ਵੀ ਹੋ ਜੂਗੀ ਤੇ ਨਵੇਂ ਕੁਐਸਚਨ ਵੀ ਤੁਹਾਨੂੰ ਮਿਲ ਜੂਗੇ ਤੇ ਇਹ ਵੀਡੀਓ ਮੈਂ ਪਾ ਰਿਹਾ ਮੇਰਾ ਨਾਮ ਹਰਮਨਦੀਪ ਸਿੰਘ ਹੈ ਮੇਰਾ ਵਟਸਐਪ ਨੰਬਰ ਹੈ ਇਸ ਦੇ ਉੱਤੇ ਮੈਸੀ ਸਾਰੇ ਜਾਣੇ ਜਰੂਰ ਕਰ ਲਿਓ ਇਸ ਚੈਨਲ ਦੇ ਦੋ ਓਨਰ ਹਨ ਤੇ ਦੋਨੋਂ ਆਪਣੀਆਂ ਵੀਡੀਓਜ਼ ਅਲੱਗ-ਅਲੱਗ ਪਾ ਰਹੇ ਹਨ ਠੀਕ ਹੈ ਸੋ ਮੇਰੇ ਨੰਬਰ ਦੇ ਉੱਤੇ ਸਾਰੇ ਜਾਣੇ ਜਰੂਰ ਮੈਸੇਜ ਕਰ ਲਿਓ ਫਸਟ ਕੁਐਸ਼ਨ ਐ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਰਾਜ ਕਿਹੜਾ ਹੈ ਇਸ ਦਾ ਰਾਈਟ ਆਨਸਰ ਪੰਜਾਬ ਠੀਕ ਹੈ ਤਾਂ ਪੰਜਾਬ ਪਹਿਲਾ ਰਾਜ ਬਣਿਆ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਜਿਸ ਦੀ ਸ਼ੁਰੂਆਤ ਪੰਜਾਬ ਦੇ ਜੋ ਸੀਐਮ ਹੈ ਭਗਵੰਤ ਮਾਨ ਸਾਹਿਬ ਉਹਨਾਂ ਨੇ ਕੀਤੀ ਹੈ ਨੈਕਸਟ ਕੁਐਸ਼ਨ ਨੰਬਰ ਜੋ ডিসਪਲੇ ਹੋ ਰਿਹਾ ਇਸ ਦੇ ਉੱਤੇ ਮੈਸੇਜ ਕਰ ਲਓ ਨੰਬਰ ਸੇਵ ਕਰਵਾ ਲਓ ਤੁਹਾਨੂੰ ਮੈਂ ਗਰੁੱਪ ਦੇ ਵਿੱਚ ਐਡ ਕਰ ਲੂੰਗਾ ਸੜਕ ਸੁਰੱਖਿਆ ਫੋਰਸ ਦਾ ਦਾਇਰਾ ਕਿੰਨੇ ਕਿਲੋਮੀਟਰ ਦਾ ਹੈ ਸੜਕ ਸੁਰੱਖਿਆ ਫੋਰਸ ਦਾ ਦਾਇਰਾ ਕਿੰਨੇ ਕਿੰਨੇ ਕਿਲੋਮੀਟਰ ਦਾ ਹੈ ਸਹੀ ਉੱਤਰ ਹੋ ਜੂਗਾ 30 ਕਿਲੋਮੀਟਰ ਦਾ 30 ਕਿਲੋਮੀਟਰ ਦੇ ਇਹ ਦਾਇਰੇ ਦੇ ਵਿੱਚ ਜੇ ਕੋਈ ਘਟਨਾ ਹੁੰਦੀ ਹੈ ਕੋਈ ਐਕਸੀਡੈਂਟ ਵਗੈਰਾ ਹੁੰਦਾ ਹੈ ਤਾਂ ਉੱਥੇ ਜੋ ਇਹ ਗੱਡੀਆਂ ਦਿੱਤੀਆਂ ਗਈਆਂ ਸਪੈਸ਼ਲ ਪੁਲਿਸ ਫੋਰਸ ਨੂੰ ਉੱਤੇ ਉਹ ਗੱਡੀ ਚੱਲੇ ਜਾਊਗੀ ਤੇ ਜੋ ਵੀ ਉਥੇ ਕੋਈ ਵੀ ਜ਼ਰੂਰਤ ਹੋ ਗਈ ਰਸਤਾ ਬਲੌਕ ਹੋ ਗਿਆ ਜਾਂ ਕੋਈ ਜ਼ਖਮੀ ਹੋ ਗਿਆ ਉਸ ਅਕੋਰਡਿੰਗ ਇਹ ਅੱਗੇ ਆਪਣਾ ਫਿਰ ਵਰਕ ਫੋਰਸ ਕਰ ਰਹੀ ਹੈ ਠੀਕ ਹੈ ਪੰਜਾਬ ਸੜਕ ਸੁਰੱਖਿਆ ਫੋਰਸ ਹੈਲਪਲਾਈਨ ਨੰਬਰ ਕੀ ਹੈ 100 12 ਠੀਕ ਹੈ 112 ਹੈਲਪਲਾਈਨ ਨੰਬਰ ਹੈ ਤੇ ਜਿਹੜੀ ਇਹ ਫੋਰਸ ਹੈ ਇਸ ਦੇ ਵਿੱਚ 144 ਅਤਿ ਆਧੁਨਿਕ ਗੱਡੀਆਂ ਸ਼ਾਮਲ ਕੀਤੀਆਂ ਗਈਆਂ ਠੀਕ ਹੈ ਜਦੋਂ ਇਸ ਦੀ ਸ਼ੁਰੂਆਤ ਹੋਈ ਹੈ ਤੇ 30 ਕਿਲੋਮੀਟਰ ਦਾ ਇਲਾਕਾ ਕਵਰ ਕੀਤਾ ਗਿਆ ਤੇ ਇਸ ਦੀ ਸ਼ੁਰੂਆਤ ਪੰਜਾਬ ਦੇ ਸੀਐਮ ਸਾਹਿਬ ਭਗਵੰਤ ਮਾਨ ਨੇ ਕੀਤੀ ਹੈ ਸੋ ਸੜਕ ਸੁਰੱਖਿਆ ਫੋਰਸ ਨਾਲ ਰਿਲੇਟਡ ਕੁਐਸਚਨ ਤੁਹਾਨੂੰ ਜਰੂਰ 101% ਪੇਪਰ ਦੇ ਵਿੱਚ ਆਉਣਾ ਜੋ ਇੰਪੋਰਟੈਂਟ ਕੁਐਸਚਨ ਹੈ ਉਹ ਮੈਂ ਤੁਹਾਨੂੰ ਕਰਵਾਤੇ ਠੀਕ ਹੈ ਯਾਦ ਰੱਖਿਓ ਇਹਨਾਂ ਕੁਐਸਚਨਸ ਨੂੰ ਪੰਜਾਬ ਪੁਲਿਸ ਦਾ ਗਠਨ ਕਦੋਂ ਹੋਇਆ ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਪਹਿਲਾਂ ਵੀ ਇਹ ਕਿਸੇ ਪੇਪਰ ਵਿੱਚ ਆਇਆ ਸੀ ਠੀਕ ਹੈ 1861 ਦੇ ਵਿੱਚ ਪੰਜਾਬ ਪੁਲਿਸ ਦਾ ਗਠਨ ਹੋਇਆ ਸੀ ਪੰਜਾਬ ਪੁਲਿਸ ਦੇ ਮੌਜੂਦਾ ਡੀਜੀਪੀ ਕੌਣ ਹਨ ਮੌਜੂਦਾ ਡੀਜੀਪੀ ਗੌਰਵ ਜਾਦਵ ਜੀ ਹਨ ਪੰਜਾਬ ਦੇ ਠੀਕ ਹੈ ਪੰਜਾਬ ਪੁਲਿਸ ਦਾ ਹੈੱਡ ਕੁਆਰਟਰ ਕਿੱਥੇ ਹੈ ਮੁੱਖ ਹੈੱਡ ਕੁਆਰਟਰ ਪੰਜਾਬ ਪੁਲਿਸ ਦਾ ਕਿੱਥੇ ਹੈ ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਚੰਡੀਗੜ੍ਹ ਦੇ ਵਿੱਚ ਹੈ ਪੰਜਾਬ ਪੁਲਿਸ ਦਾ ਮੁੱਖ ਹੈੱਡ ਕੁਆਰਟਰ ਪੰਜਾਬ ਪੁਲਿਸ ਭਾਰਤੀ ਸਿਖਲਾਈ ਕੇਂਦਰ ਕਿੱਥੇ ਸਥਿਤ ਹੈ ਜਦੋਂ ਤੁਹਾਡੀ ਸਿਲੇਕਸ਼ਨ ਹੋ ਜਾਂਦੀ ਹੈ ਤਾਂ ਤੁਹਾਡੀ ਜਿਹੜੀ ਸਿਖਲਾਈ ਆ ਉਹ ਕਿੱਥੇ ਹੁੰਦੀ ਹੈ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਜਹਾਨ ਖੇਲਾ ਠੀਕ ਹੈ অপਸ਼ਨ ਸੀ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਦਾ ਦਫ਼ਤਰ ਕਿੱਥੇ ਹੈ ਇਹ ਹੈਗਾ ਮੋਹਾਲੀ ਦੇ ਵਿੱਚ 1991 ਵਿੱਚ ਪੰਜਾਬ ਪੁਲਿਸ ਟ੍ਰੇਨਿੰਗ ਸਕੂਲ ਦੀ ਸਥਾਪਨਾ ਕਿਤੇ ਕਿੱਥੇ ਕੀਤੀ ਗਈ ਸੀ ਸਹੀ ਉੱਤਰ ਹੋ ਜੂਗਾ ਫਿਲੌਰ ਵਿਖੇ ਇਹ ਸਥਾਪਨਾ ਕੀਤੀ ਗਈ ਸੀ ਪੰਜਾਬ ਪੁਲਿਸ ਦਾ ਮੋਟੋ ਕੀ ਹੈ ਪੰਜਾਬ ਪੁਲਿਸ ਦਾ ਮੋਟੋ ਕੀ ਹੈ ਸ਼ੁਭ ਕਰਮਨ ਤੇ ਕਬੂਨਾ ਟਰੋ ਮੋਟੋ ਨਾਲ ਰਿਲੇਟਡ ਕੁਐਸਚਨ ਤੁਹਾਨੂੰ ਆ ਸਕਦੇ ਆ ਮੈਂ ਇੱਕ ਵਾਰੀ ਦਿਖਾਉਣਾ ਇੱਕ ਦੋ ਕੁਐਸਚਨ ਹੋਰ ਕਰਵਾਉਣਾ ਨਾਲ ਰਿਲੇਟਡ ਆ ਦੇਖ ਲਓ ਤੁਹਾਡੇ ਸਾਹਮਣੇ ਪੰਜਾਬ ਪੁਲਿਸ ਦਾ ਮੋਟੋ ਹੈ ਜਿਸ ਦੇ ਉੱਤੇ ਸ਼ੁਭਕਰਮਨ ਤੇ ਕਬੂਨਾ ਟਰੋ ਇਹ ਲਿਖਿਆ ਹੋਇਆ ਹੈ ਤੇ ਅਸ਼ੋਕ ਦਾ ਜੋ ਚਿੰਨ ਹੈ ਉਹ ਵੀ ਇਸ ਦੇ ਉੱਤੇ ਅੰਕਿਤ ਹੈ ਜਿਸ ਦੇ ਉੱਤੇ ਸਤਿਯੰਦੇਵ ਜੈਤੇ ਲਿਖਿਆ ਹੋਇਆ ਹੈ ਠੀਕ ਹੈ ਸੋ ਇਹ ਕੁਸ਼ਨ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਠੀਕ ਹੈ ਕਿ ਜਿਹੜਾ ਇਹਨਾਂ ਦਾ ਮੋਟੋ ਹੈ ਉਸ ਦੇ ਉੱਤੇ ਕਿਹੜਾ ਚਿੰਨ ਹੈ ਅਸ਼ੋਕ ਚਿੰਨ ਆ ਜੂਗਾ ਜਿਸ ਦੇ ਕਿ ਚਾਰ ਛੇਰਾਂ ਦੇ ਮਤਲਬ ਚਾਰ ਛੇਰਾਂ ਦੇ ਸੀਰ ਲਗਾਏ ਗਏ ਆ ਇਸ ਚਿੰਨ ਦੇ ਵਿੱਚ ਚਾਰ ਪਾਸਿਆਂ ਤੋਂ ਠੀਕ ਹੈ ਤਿੰਨ ਤੁਹਾਨੂੰ ਡਿਸਪਲੇ ਹੋ ਰਹੇ ਆ ਇੱਕ ਹਾਈਡ ਹੋ ਜਾਂਦਾ ਏ ਤੁਸੀਂ ਕਿਸੇ ਵੀ ਪਾਸੇ ਤੋਂ ਦੇਖੋ ਤਾਂ ਤੁਹਾਨੂੰ ਤਿੰਨ ਛੇਰ ਦਿਖਣਗੇ ਠੀਕ ਹੈ ਸੋ ਇਹ ਕੁਸ਼ਣ ਬਣਦੇ ਆ ਦੋ ਤਿੰਨ ਇੱਕ ਤਾਂ ਜਿਹੜਾ ਇਹਦਾ ਮੋਟੋ ਹੈ ਇਸ ਦੇ ਉੱਤੇ ਕੀ ਲਿਖਿਆ ਹੋਇਆ ਸਤਿਏ ਦੇਮ ਸਤਿਯਮ ਦੇਵ ਜੈਤੇ ਅਤੇ ਅਸ਼ੋਕ ਚਿੰਨ ਇਸ ਦੇ ਉੱਤੇ ਠੀਕ ਹੈ ਜਿਸ ਦੇ ਚਾਰ ਸਿਰ ਹਨ ਨੈਕਸਟ ਕੁਐਸਚਨ ਹੈ ਪੰਜਾਬ ਕਮਾਂਡੋ ਪੁਲਿਸ ਦਾ ਮੁੱਖ ਦਫ਼ਤਰ ਕਿੱਥੇ ਹੈ ਪੰਜਾਬ ਕਮਾਂਡੋ ਪੁਲਿਸ ਦਾ ਮੁੱਖ ਦਫ਼ਤਰ ਹੈਗਾ ਪਟਿਆਲੇ ਦੇ ਵਿੱਚ ਹੈ ਠੀਕ ਹੈ অপਸ਼ਨ ਸੀ ਰਾਈਟ ਆਨਸਰ ਹੋ ਜੂਗਾ ਹਰ ਸਾਲ ਪੰਜਾਬ ਪੁਲਿਸ ਦੁਆਰਾ ਕਿਸ ਦਿਨ ਨੂੰ ਯਾਦਗਾਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਇਹ 21 ਅਕਤੂਬਰ ਨੂੰ ਏਠ ਲਿਖਿਆ ਵਿੱਚੋਂ ਕਿਹੜਾ ਪੰਜਾਬ ਪੁਲਿਸ ਦਾ ਉੱਚਾ ਅਹੁਦਾ ਹੈ ਇਹ ਵੀ ਕੁਐਸਚਨ ਇੰਪੋਰਟੈਂਟ ਹੈ ਇਹ ਆ ਵੀ ਚੁੱਕਿਆ ਹੈ ਪੇਪਰਾਂ ਦੇ ਵਿੱਚ ਤਾਂ ਡੀਜੀਪੀ ਸਭ ਤੋਂ ਉੱਚਾ ਅਹੁਦਾ ਹੁੰਦਾ ਹੈ ਪੰਜਾਬ ਪੁਲਿਸ ਦੇ ਵਿੱਚ ਠੀਕ ਹੈ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਪੁਲਿਸ ਦੇ ਵਿਸ਼ੇਸ਼ ਹਥਿਆਰਾਂ ਅਤੇ ਤਕਨੀਕਾਂ ਵਿੰਗ ਦਾ ਗਠਨ ਕਿਸ ਸਾਲ ਹੋਇਆ ਸੀ ਤਾਂ ਇਹ ਹੋਇਆ ਸੀ 2010 ਦੇ ਵਿੱਚ ਠੀਕ ਹੈ অপশন এ রাইট আনসার ਹੋ ਜਾਊਗਾ ਪੰਜਾਬ ਪੁਲਿਸ سوشل میڈیا সেল ਦੀ ਸਥਾਪਨਾ ਕਿਸ ਸਾਲ ਹੋਈ ਸਹੀ ਉੱਤਰ ਹੋ ਜਾਊਗਾ 2018 ਦੇ ਵਿੱਚ ਇਸ ਸੈੱਲ ਦੀ ਸਥਾਪਨਾ ਹੋਈ ਹੈ ਜੋ ਵੀ سوشل میڈیا ਦੇ ਉੱਤੇ ਫਰੋਡ ਵਗੈਰਾ ਜਾਂ ਕੋਈ ਵੀ ਕਿਸੇ ਨੂੰ ਹਰਾਸ ਕਰਦਾ ਹੈ ਉਸ ਦੇ ਲਈ ਇਹ ਸੈੱਲ ਬਣਾਇਆ ਗਿਆ ਠੀਕ ਹੈ ਪੰਜਾਬ ਪੁਲਿਸ ਦੀ ਅਧਿਕਾਰਿਤ ਵੈੱਬਸਾਈਟ ਕਿਸ ਡੋਮੇਨ ਨਾਲ ਰਜਿਸਟਰ ਹੈ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਜਦੋਂ ਵੀ ਤੁਸੀਂ ਪੋਸਟ ਲਈ ਅਪਲਾਈ ਕਰਦੇ ਹੋ ਜਾਂ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਹੈ ਤਾਂ ਉੱਥੇ ਤੁਹਾਨੂੰ ਅਫੀਸ਼ੀਅਲ ਵੈਬਸਾਈਟ ਪਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਆਹ ਦੇਖ ਲਓ www.punjabpolice.gov.in ਇਹ ਅਫੀਸ਼ੀਅਲ ਵੈਬਸਾਈਟ ਹੈ ਇਸ ਦੇ ਉੱਤੇ ਹੀ ਸਾਰੀ ਜਾਣਕਾਰੀ ਹੁੰਦੀ ਹੈ ਪੇਪਰ ਨਾਲ ਰਿਲੇਟਡ ਹੋਗੀ ਜਾਂ ਕੋਈ ਵੀ ਹੋਰ ਹੋਗੀ ਠੀਕ ਹੈ ਸੋ ਇਸ ਦੇ ਬਾਰੇ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਜੇ ਤੁਸੀਂ ਪੰਜਾਬ ਪੁਲਿਸ ਦਾ ਪੇਪਰ ਦੇ ਰਹੇ ਹੋ ਪੰਜਾਬ ਪੁਲਿਸ ਦੁਆਰਾ ਤਲਾਸ਼ ਦੀ ਵਾਰ ਤੋਂ ਹੇਠ ਲਿਖੇ ਵਿੱਚੋਂ ਕਿਸ ਪ੍ਰਕਾਰ ਦੇ ਰਿਕਾਰਡ ਨੂੰ ਪੰਚ ਕਰਨ ਲਈ ਅਤੇ ਸਟੋਰ ਕਰਨ ਲਈ ਕੀਤੀ ਜਾਂਦੀ ਹੈ ਸਹੀ ਉੱਤਰ ਹੋ ਜੂਗਾ ਗੁੰਮ ਵਿਅਕਤੀਆਂ ਅਤੇ ਅਣਪਛਾਤੀਆਂ ਲਾਸ਼ਾਂ ਪੰਜਾਬ ਪੁਲਿਸ ਵਿੱਚ ਹੇਠ ਲਿਖਿਆਂ ਵਿੱਚੋਂ 181 ਨੰਬਰ ਹੈਲਪਲਾਈਨ ਜੋ ਕਿ 24 ਘੰਟੇ ਲਈ ਹੁੰਦਾ ਦਿਨ ਰਾਤ ਲਈ ਇਹ ਇਸ ਲਈ ਉਪਲਬਧ ਹੈ ਔਰਤਾਂ ਦੀ ਮਦਦ ਦੇ ਲਈ ਇਹ ਵੀ ਕਾਫੀ ਇੰਪੋਰਟਨਟ ਕੁਐਸਚਨ ਬਣਦਾ ਕਿ ਪੰਜਾਬ ਪੁਲਿਸ ਦਾ ਔਰਤਾਂ ਦੀ ਹੈਲਪਲਾਈਨ ਲਈ ਨੰਬਰ ਕੀ ਹੈ ਆਰਮਡ ਪੁਲਿਸ ਪੰਜਾਬ ਦਾ ਜਿਹੜਾ ਮੁੱਖ ਦਫ਼ਤਰ ਆ ਉਹ ਕਿੱਥੇ ਆ ਜਲੰਧਰ ਦੇ ਵਿੱਚ ਆ ਇਹ ਠੀਕ ਹੈ ਅਲੱਗ-ਅਲੱਗ ਜੋ ਕੇਡਰ ਹੈ ਪੰਜਾਬ ਪੁਲਿਸ ਨੂੰ ਕਿਹੜੀ ਮਿਨਿਸਟਰੀ ਕੰਟਰੋਲ ਕਰਦੀ ਹੈ ਮਿਨਿਸਟਰੀ ਆਫ ਹੋਮ ਅਫੇਅਰਜ਼ ਠੀਕ ਹੈ ਕੰਟਰੋਲ ਕਰਦੀ ਹੈ ਪੰਜਾਬ ਪੁਲਿਸ ਨੂੰ ਮਿਨਿਸਟਰੀ ਆਫ ਹੋਮ ਅਫੇਅਰਜ਼ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਕਿਸ ਸਾਲ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ 2019 ਦੇ ਵਿੱਚ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਸਥਾਪਿਤ ਕੀਤਾ ਗਿਆ ਸੀ ਨਾਈਟ ਪਾਲ ਸਿੰਘ ਸਕੀਮ ਦੀ ਸ਼ੁਰੂਆਤ ਕਰਨ ਵਾਲਾ ਕਿਹੜਾ ਰਾਜ ਪਹਿਲਾ ਸੂਬਾ ਬਣਿਆ ਹੈ ਕਿਹੜਾ ਭਾਰਤ ਦਾ ਰਾਜ ਪੰਜਾਬ ਠੀਕ ਹੈ ਜਦੋਂ ਮੈਂ ਲੈ ਦੇ ਵਿੱਚ ਬੋਲਦਾ ਕਈ ਵਾਰ ਅੱਗੇ ਪਿੱਛੇ ਹੋ ਜਾਂਦਾ ਬੋਲਣ ਦੇ ਵਿੱਚ ਤਾਂ ਤੁਹਾਡੇ ਸਾਹਮਣੇ ਕੁਐਸਚਨ ਬਿਲਕੁਲ ਸਹੀ ਲਿਖਿਆ ਹੋਇਆ ਨਾਲ ਦੀ ਨਾਲ ਤੁਸੀਂ ਪੜ੍ਹ ਵੀ ਲਿਆ ਕਰੋ ਠੀਕ ਹੈ ਇਨਾ ਵਿੱਚੋਂ ਕਿਹੜੀ ਫਿਲਮ ਪੰਜਾਬ ਪੁਲਿਸ ਦੇ ਕਿਰਦਾਰ ਨਾਲ ਸੰਬੰਧਿਤ ਹੈ? ਜੋ ਪੰਜਾਬ ਪੁਲਿਸ ਦੇ ਕਿਰਦਾਰ ਨਾਲ ਸੰਬੰਧਿਤ ਦੇ ਉੱਪਰ ਇਹ ਇਹ ਸਾਰੀਆਂ ਫਿਲਮਾਂ ਬਣੀਆਂ ਏ ਠੀਕ ਹੈ। ਇਹ ਕੁਐਸਚਨ ਵੀ ਪੇਪਰ ਦੇ ਵਿੱਚ ਆ ਸਕਦਾ ਹੈ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 5 ਤੋਂ 6 ਮੋਸਟ ਇੰਪੋਰਟੈਂਟ ਕੁਐਸਚਨ ਕਰਵਾਏ ਆ ਜੋ ਤੁਹਾਡੇ ਪੇਪਰ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲਣਗੇ। ਇਸ ਚੈਨਲ ਦੇ ਉੱਤੇ ਤਿਆਰੀ ਚੱਲ ਰਹੀ ਹੈ। ਮੈਂ ਆਪਣੇ ਅਕੋਰਡਿੰਗ ਤੁਹਾਡੀ ਤਿਆਰੀ ਕਰਵਾ ਰਿਹਾ ਹਾਂ। ਨੰਬਰ ਦੇ ਉੱਤੇ ਮੈਸੇਜ ਕਰਕੇ ਆਪਣਾ ਨੰਬਰ ਸੇਵ ਕਰਵਾ ਲਓ ਗਰੁੱਪ ਦੇ ਵਿੱਚ ਤੁਹਾਨੂੰ ਐਡ ਕਰ ਲੂੰਗਾ ਤੇ ਡੇਲੀ ਤੁਹਾਡੇ ਲਈ ਵੀਡੀਓਜ਼ ਆਉਂਦੀਆਂ ਰਹਿਣਗੀਆਂ ਧੰਨਵਾਦ